ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਫਰੀਦਕੋਟ ਸੈਸ਼ਨ ਕੋਰਟ ਵਿੱਚ ਆਈ ਜੋਬ ਵੈਕੈਂਸੀਆਂ ਦੀ। ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਤੇ ਆਪਾਂ ਸਭ ਤੋਂ ਪਹਿਲਾਂ ਫਸਟ ਲਿੰਕ ਉੱਪਰ ਕਲਿੱਕ ਕਰ ਲਾਂਗੇ, ਇੱਥੇ ਆਪਾਂ ਚੈੱਕ ਕਰ ਸਕਦੇ ਹਾਂ। ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਆਪਣੇ ਕੋਲ ਓਪਨ ਹੋ ਜਾਵੇਗਾ। ਦੋਸਤੋ ਸਭ ਤੋਂ ਪਹਿਲਾਂ ਮੈਂ ਦੱਸਦਾ ਇਹ ਸਾਰੇ ਪੰਜਾਬ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ, ਬਟ ਬਠਿੰਡਾ ਫਰੀਦਕੋਟ ਮਾਨਸਾ ਦੇ ਜਿਹੜੇ ਏਰੀਏ ਆਗੇ ਇਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਇਸ ਵਿੱਚ ਦਿੱਤੀ ਜਾਵੇਗੀ। ਐਂਡ ਦੋਸਤੋ ਇੱਕ ਛੋਟੀ ਜਿਹੀ ਰਿਕੁਐਸਟ ਹੈ, ਜੇ ਥੋੜ੍ਹੀ ਜਿਹੀ ਵੀ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਪੋਰਟ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ ਅਤੇ ਵੀਡੀਓ ਨੂੰ ਲਾਈਕ ਕਰਿਆ ਕਰੋ, ਆਪਣਾ ਜਾਂਦਾ ਕੁਛ ਨਹੀਂ ਸਬਸਕ੍ਰਾਈਬ ਅਤੇ ਲਾਈਕ ਕਰਨ ਵਿੱਚ। ਤਾਂ ਪੋਸਟਾਂ ਦੀ ਗੱਲ ਕਰੀਏ ਦੋਸਤੋ, ਮਾਲੀ ਦੀ ਪੋਸਟਾਂ ਨੇ, ਇਹ ਟੋਟਲ ਪੋਸਟਾਂ 5 ਨੇ। ਜਰਨਲ ਵਾਸਤੇ 3 ਪੋਸਟਾਂ ਨੇ, SC ਅਤੇ SC ਐਕਸ ਸਰਵਿਸਮੈਨ ਵਾਸਤੇ 1-1 ਪੋਸਟਾਂ ਨੇ। ਸੈਲਰੀ ਆਪਾਂ ਇੱਥੇ ਚੈੱਕ ਕਰ ਸਕਦੇ, 10,680 ਰੁਪਏ ਇਹਨਾਂ ਨੇ ਸੈਲਰੀ ਦੱਸੀ ਹੋਈ। ਜਿੰਨੇ ਵੀ 8ਵੀਂ ਪਾਸ ਕੈਂਡੀਡੇਟ ਨੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ, ਅਤੇ ਏਜ ਲਿਮਿਟ 18-35 ਸਾਲ ਦਾ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ। ਐਂਡ ਦੋਸਤੋ ਜੇ ਕੋਈ 12th ਪਾਸ ਜਾਂ ਗ੍ਰੈਜੂਏਸ਼ਨ ਪਾਸ ਕੈਂਡੀਡੇਟ ਇਸ ਪੋਸਟ ਨੂੰ ਦੇਖ ਰਿਹਾ ਤਾਂ ਉਸ ਵਾਸਤੇ ਇਹ ਪੋਸਟ ਨਹੀਂ ਹੈ ਦੋਸਤੋ, ਉਸ ਵਾਸਤੇ ਪੰਜਾਬ ਪੁਲਿਸ ਅਤੇ ਪੰਜਾਬ ਪਟਵਾਰੀ ਦੀ ਜੋਬ ਅਨਾਊਂਸਮੈਂਟ ਹੋ ਚੁੱਕੀ ਹੈ, ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਅਤੇ ਵੀਡੀਓ ਦੇ ਉੱਪਰ ਆਈ ਬਟਨ ਵਿੱਚ ਵੀ ਸ਼ੋ ਹੋ ਰਿਹਾ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਪੋਸਟਾਂ ਨੂੰ। ਤਾਂ ਦੋਸਤੋ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ, ਡਾਇਰੈਕਟ ਇੰਟਰਵਿਊ ਹੈ, ਕੋਈ ਇਗਜ਼ਾਮ ਨਹੀਂ ਹੈ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਜਿਨ੍ਹਾਂ ਦਾ ਭਾਵ। ਦੋਸਤੋ ਇਹ ਹੈ ABCDEFG ਜੀ ਤੱਕ ਜਿੰਨੇ ਵੀ ਨਾਮ ਆਉਂਦੇ ਨੇ, ਜਿਵੇਂ ਏ 'ਤੇ ਨਾਮ ਹੈ ਜਿਹਦਾ, ਬੀ 'ਤੇ ਨਾਮ ਹੈ ਜਿਹਦਾ, ਜੀ 'ਤੇ ਨਾਮ ਹੈ ਅਤੇ ਸੀ 'ਤੇ ਨਾਮ ਹੈ, ਇਹਨਾਂ ਸਾਰਿਆਂ ਦਾ ਇੰਟਰਵਿਊ 8 ਤਰੀਕ ਨੂੰ ਹੋਵੇਗਾ। H2N ਐਚ ਅਤੇ ਐਨ ਦੇ ਵਿਚਕਾਰ ਜਿੰਨੇ ਵੀ ਐਲਫਾਬੈਟੀਕਲ ਅੱਖਰ ਆਉਂਦੇ ਨੇ ਉਹਨਾਂ ਦਾ ਜਿਹੜਾ ਇੰਟਰਵਿਊ 9 ਨੂੰ ਹੋਵੇਗਾ। ਅਤੇ ਅਗਰ ਦੋਸਤੋ ਐਵੇਂ ਇਹ ਸਾਰੇ ਇੰਟਰਵਿਊ ਹੋਣਗੇ, ਜੇ ਫਿਰ ਵੀ ਕੋਈ ਸਵਾਲ ਆਉਂਦਾ ਮਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਮੈਂ ਜ਼ਰੂਰ ਕਲੀਅਰ ਕਰ ਦਿਆਂਗਾ। ਦੋਸਤੋ ਹੁਣ ਗੱਲ ਕਰ ਲੈਂਦੇ ਆਪਾਂ ਇਸ ਪੋਸਟ ਨੂੰ ਅਪਲਾਈ ਕਿਵੇਂ ਕਰਨਾ। ਦੋਸਤੋ ਇਹ ਪਰਫੋਰਮਾ ਆਪਾਂ ਨੂੰ ਡਾਊਨਲੋਡ ਕਰਨਾ ਪਵੇਗਾ, ਇਸਦਾ ਪ੍ਰਿੰਟ ਕਢਵਾ ਕੇ ਇੱਥੇ ਆਪਣੀ ਡਿਟੇਲ ਆਪਾਂ ਫਿਲ ਕਰਨੀ। ਸਭ ਤੋਂ ਪਹਿਲਾਂ ਆਪਣਾ ਨਾਮ ਲਿਖਣਾ ਹੈ, ਅਤੇ ਸੋ ਦਾ ਫਾਦਰ ਨੇਮ, ਪਰਮਾਨੈਂਟ ਐਡਰੈਸ ਅਤੇ ਐਡਰੈਸ ਰਿਪੀਟ ਕਰਨਾ ਇੱਥੇ, ਅਤੇ ਡੇਟ ਆਫ ਬਰਥ, ਕੁਆਲੀਫਿਕੇਸ਼ਨ, ਨੈਸ਼ਨੈਲਿਟੀ ਆਪਣੀ ਇੰਡੀਅਨ ਲਿਖਦਾ, ਆਪਾਂ ਕੈਟਾਗਰੀ SC ST ਜੋ ਵੀ ਆਪਣੀ ਐਕਸਪੀਰੀਅੰਸ, ਜੇ ਕੋਈ ਕੰਮ ਦਾ ਹੈ ਤਾਂ ਯੈਸ ਪਾ ਦਾਂਗੇ, ਨਹੀਂ ਤਾਂ ਨੋ ਪਾ ਦਾਂਗੇ। ਐਂਡ ਇਸ ਤੋਂ ਇਲਾਵਾ ਕੋਈ ਸਪੈਸ਼ਲ ਐਪਟੀਟਿਊਡ, ਮਤਲਬ ਕੋਈ ਸਪੈਸ਼ਲ ਵਰਕ ਵਿੱਚ ਤੁਸੀਂ ਮਹਾਰਤ ਹਾਸਲ ਕੀਤੀ ਹੋਈ, ਉਸ ਬਾਰੇ ਡਿਟੇਲ ਆਪਾਂ ਲਿਖ ਦਾਂਗੇ। ਇਸ ਤੋਂ ਬਾਅਦ ਲਿਸਟ ਆਫ ਡਾਕੂਮੈਂਟ, ਜਿਹੜੇ ਜਿਹੜੇ ਡਾਕੂਮੈਂਟ ਦੀ ਫੋਟੋ ਕਾਪੀ ਆਪਾਂ ਇਸ ਫੋਰਮ ਦੇ ਨਾਲ ਅਟੈਚ ਕਰਨੀ ਹੈ ਆਪਣੇ 8ਵੀਂ ਦੀ, ਔਰ ਜਿਹੜੇ ਵੀ ਆਧਾਰ ਆਧੂਰ ਕਾਰਡ ਆਪਾਂ ਪਰੂਫ ਐਜ ਏ ਅਟੈਚ ਕਰਾਂਗੇ ਉਹਨਾਂ ਦਾ ਨਾਮ ਇੱਥੇ ਲਿਖ ਦੇਣਾ ਹੈ, ਅਤੇ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਐਡਰੈਸ। ਐਂਡ ਇੱਕ ਫੋਟੋ ਲਗਾ ਕੇ ਆਪਾਂ ਕਰਨਾ ਕਿ ਹੁਣ ਬਾਏ ਪੋਸਟ ਇਹਨਾਂ ਦੇ ਐਡਰੈਸ ਉੱਪਰ ਆਪਾਂ ਨੂੰ ਸੈਂਡ ਕਰਨਾ ਹੈ। ਇਹਨਾਂ ਦਾ ਐਡਰੈਸ ਆਪਾਂ ਇਹ ਫਿਲ ਕਰਨਾ, ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਰੀਦਕੋਟ। ਅਤੇ ਦੋਸਤੋ ਇਹ ਕਦੋਂ ਤੱਕ ਕਰਨਾ, ਇਹ 28-2021 ਤੋਂ ਪਹਿਲਾਂ ਆਪਾਂ ਇਹ ਸੈਂਡ ਕਰ ਦੇਣਾ ਬਾਏ ਪੋਸਟ। ਓਕੇ ਦੋਸਤੋ, ਜੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਪਰਫੋਰਮਾ ਡਾਊਨਲੋਡ ਕਰਨਾ ਪਊਗਾ। ਜੇ ਤੁਸੀਂ ਔਨਲਾਈਨ ਇਸ ਨੂੰ ਡਾਊਨਲੋਡ ਕਰ ਲਉਂਗੇ ਤਾਂ ਬੈਟਰ ਗੱਲ ਹੈ, ਬਟ ਜੇ ਨਹੀਂ ਹੁੰਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਵਟਸਐਪ ਨੰਬਰ ਕਮੈਂਟ ਵਿੱਚ ਲਿਖ ਦਿਓ, ਮੈਂ ਤੁਹਾਨੂੰ ਇਹ ਡਾਊਨਲੋਡ ਕਰਕੇ ਤੁਹਾਡੇ ਵਟਸਐਪ ਨੰਬਰ ਉੱਪਰ ਸੈਂਡ ਕਰ ਦਿਆਂਗਾ। ਐਂਡ ਹਾਂ ਦੋਸਤੋ, ਜੇ ਵੀਡੀਓ ਇੰਨੀ ਜੀ ਵੀ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਪੋਰਟ ਕਰੋ ਐਂਡ ਸਬਸਕ੍ਰਾਈਬ ਕਰੋ ਐਂਡ ਵੀਡੀਓ ਨੂੰ ਲਾਈਕ ਕਰ ਲਓ।